ਦੇਵੀ ਸਕੂਲ ਜਿੰਦਾਬਾਦ ਜਿੰਦਾਬਾਦ ਫੀਸਾਂ ਚ ਵਾਧਾ ਲਾਕਡਾਊਨ ਦੇ ਦੌਰਾਨ ਪਹਿਲੇ 4 ਮਹੀਨੇ ਸਕੂਲ ਨੇ ਕੋਈ ਰਾਬਤਾ ਨਹੀਂ ਰੱਖਿਆ ਸਾਡੇ ਨਾਲ ਸਾਡੇ ਬੱਚਿਆਂ ਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਇਹਨਾਂ ਨੇ ਸਟੱਡੀ ਨਹੀਂ ਕਰੀ ਅਸੀਂ ਫੀਸਾਂ ਅਫੋਰਡ ਨਹੀਂ ਕਰ ਸਕਦੇ ਨਹੀਂ ਭਰ ਸਕਦੇ ਸਾਡਾ ਇਹ ਹੈ ਵੀ ਐਲ ਕੇ ਜੀ ਅਤੇ ਯੂ ਕੇ ਜੀ ਦੇ ਜਿਹੜੇ ਬੱਚੇ ਨੇ ਉਹਨਾਂ ਨੇ ਸਕੂਲ ਦੀ ਸ਼ਕਲ ਹੀ ਨਹੀਂ ਦੇਖੀ ਉਹਨਾਂ ਦੇ ਮਲਗਾ ਮੀਟਰ ਫੰਡ ਸਮਾਰਟ ਕਲਾਸ ਫੀਸ ਕੰਪਿਊਟਰ ਫੀਸ ਟਿਊਸ਼ਨ ਫੀਸ ਜੀ ਸਾਨੂੰ ਪ੍ਰਸ਼ਾਸਨ ਨੇ ਦੱਸਦੇ ਵੀ ਕੀ ਐਲ ਕੇ ਜੀ ਯੂ ਕੇ ਜੀ ਦੇ ਬੱਚੇ ਇਹ ਔਨਲਾਈਨ ਕਲਾਸ ਲਾਉਣ 'ਚ ਸਕਸ਼ਮ ਹੈਗੇ ਨੇ ਤੁਸੀਂ ਦੇਖ ਰਹੇ ਹੋ ਐਨ ਸੀ 7 ਨਿਊਜ਼ ਅਤੇ ਮੈਂ ਤੁਹਾਡਾ ਆਪਣਾ ਜਸਵੀਰ ਔਲਖ ਇਸ ਟਾਈਮ ਅਸੀਂ ਮੌਜੂਦ ਹਾਂ ਰਾਮਪੁਰਾ ਫੂਲ ਦਾ ਮੰਨਿਆ ਪਰਮੰਨਿਆ ਸੈਂਟ ਜੇਵੀਅਰ ਪਬਲਿਕ ਸਕੂਲ ਜਿੱਥੇ ਫੀਸਾਂ ਨੂੰ ਲੈ ਕੇ ਪੇਰੈਂਟਸ ਵੱਲੋਂ ਕਾਫੀ ਦਿਨਾਂ ਤੋਂ ਜਿਹੜਾ ਹੈਗਾ ਗਾ ਲਗਾਤਾਰ ਰੋਸ ਪ੍ਰਦਰਸ਼ਨ ਆਪਣਾ ਜਿਤਾਇਆ ਜਾ ਰਿਹਾ ਹੈਗਾ ਅੱਜ ਵੀ ਪੇਰੈਂਟਸ ਨੇ ਸੈਂਟ ਜੇਵੀਅਰ ਸਕੂਲ ਦੇ ਗੇਟ ਦੇ ਅੱਗੇ ਧਰਨਾ ਲਾਇਆ ਵਾ ਗਾ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੀ ਮਸਲਾ ਇਹਨਾਂ ਦਾ ਤੁਹਾਡੇ ਵੱਲੋਂ ਇੱਕ ਜਿਹੜਾ ਹੈਗਾ ਗਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਬੱਚਿਆਂ ਦੀਆਂ ਫੀਸਾਂ ਨੂੰ ਲੈ ਕੇ ਕੀ ਕਹਿਣਾ ਤੁਹਾਡਾ ਜਿਹੜਾ ਇਹਨਾਂ ਨੇ ਫੀਸਾਂ ਦੇ ਵਿੱਚ ਮਤਲਬ ਲੋਕਡਾਊਨ ਦੇ ਦੌਰਾਨ ਪਹਿਲੇ 4 ਮਹੀਨੇ ਸਕੂਲ ਨੇ ਕੋਈ ਰਾਬਤਾ ਨਹੀਂ ਰੱਖਿਆ ਸਾਡੇ ਨਾਲ ਸਾਡੇ ਬੱਚਿਆਂ ਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਇਹਨਾਂ ਨੇ ਸਟੱਡੀ ਨਹੀਂ ਕਰੀ ਇਹ ਉਸ ਦੀਆਂ ਫੀਸਾਂ ਸਾਡੇ ਤੋਂ ਲੈ ਰਿਹਾ ਅਸੀਂ ਸਕੂਲ ਨੂੰ ਤਕਰੀਬਨ 6-7 ਮਹੀਨਿਆਂ ਤੋਂ ਅਸੀਂ ਸਕੂਲ ਨੂੰ ਕਹਿ ਰਹੇ ਹਾਂ ਵੀ ਸਾਡੀ ਸੁਣਵਾਈ ਕੀਤੀ ਜਾਵੇ ਅਤੇ ਸਾਡੇ ਤੋਂ ਉਹ ਫੀਸਾਂ ਲੋਕਡਾਊਨ ਵਾਲੀਆਂ ਨਾ ਲਈਆਂ ਜਾਣ ਕਿਉਂਕਿ ਸਾਰਿਆਂ ਦੇ ਕੰਮਕਾਰ ਪ੍ਰਭਾਵਿਤ ਹੋਇਆ ਲੋਕਡਾਊਨ ਦੇ ਵਿੱਚ ਸਾਡੀਆਂ ਵੀ ਦੁਕਾਨਾਂ ਬੰਦ ਰਹੀਆਂ ਅਸੀਂ ਫੀਸਾਂ ਅਫੋਰਡ ਨਹੀਂ ਕਰ ਸਕਦੇ ਨਹੀਂ ਭਰ ਸਕਦੇ ਠੀਕ ਹੈ ਚਲੋ ਜੋ ਪੇਰੈਂਟਸ ਭਰ ਸਕਦੇ ਆ ਉਹਨਾਂ ਤੋਂ ਲੈ ਲਈਆਂ ਇਹਨਾਂ ਨੇ ਠੀਕ ਹੈ ਜਿਹੜੇ ਨਹੀਂ ਭਰ ਸਕਦੇ ਉਹਨਾਂ ਤੋਂ ਪਲੀਜ਼ ਕਿਰਪਾ ਕਰਕੇ ਉਹ ਵਾਪਸ ਲਈਆਂ ਜਾਣ ਇਹ ਨਾ ਲੈਣ ਦਾ ਮਤਲਬ ਅਤੇ ਉਲਟਾ ਇਹਨਾਂ ਨੇ 4 ਦਿਨ ਹੋ ਗਏ ਹੁਣ ਸਕੂਲਾਂ ਨੇ ਮਤਲਬ 15 ਅਗਸਤ ਤੱਕ ਸ਼ਾਇਦ ਟਾਈਮ ਦਿੱਤਾ ਸੀ ਵੀ ਕਿਸੇ ਬੱਚੇ ਦਾ ਨਾਂ ਨਹੀਂ ਕੱਟਿਆ ਜਾਊ ਕਿਸੇ ਨੇ ਔਨਲਾਈਨ ਕੰਮ ਨਹੀਂ ਬੰਦ ਕੀਤਾ ਜਾਊਗਾ ਪਰ ਇਹਨਾਂ ਨੇ ਨਾਲੇ ਦਾ ਬੱਚਿਆਂ ਦਾ ਕੰਮ ਮਤਲਬ ਬੰਦ ਕਰਤਾ ਔਨਲਾਈਨ ਸਟੱਡੀ ਕਰਾਉਣੀ ਬੰਦ ਕਰਤੀ ਕਿ ਫੀਸਾਂ ਦਾ ਪ੍ਰੈਸ਼ਰ ਪਾਓ ਇਹਨਾਂ 'ਤੇ ਇਹ ਫੀਸਾਂ ਭਰਨਗੇ ਉਸ ਤੋਂ ਡਰਦੇ ਕੁਛ ਪੇਰੈਂਟਸ ਭਰ ਵੀ ਰਹੇ ਆ ਉਹ ਆਪਦਾ ਵੇਚ ਵੱਟ ਕੇ ਕੁਛ ਕਿਸੇ ਢੰਗ ਨਾਲ ਵੀ ਮਤਲਬ ਫੀਸਾਂ ਭਰ ਰਹੇ ਆ ਜਿਹੜੇ ਨਹੀਂ ਭਰ ਸਕਦੇ ਉਹ ਵੀ ਭਰ ਰਹੇ ਆ ਹੈ ਨਾ ਅਤੇ ਇਹਨਾਂ ਨੂੰ ਮਤਲਬ ਉਹ ਫੀਸਾਂ ਮਤਲਬ ਨਾ ਲਈਆਂ ਜਾਣ ਅਤੇ ਪੇਰੈਂਟਸ ਨਾਲ ਕੋਈ ਗੱਲ ਕੀਤੀ ਜਾਵੇ ਸਕੂਲ ਦਾ ਕੋਈ ਨੁਮਾਇੰਦਾ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਸਕੂਲ ਵਾਲੇ ਕੋਈ ਵੀ ਸਾਡੇ ਨਾਲ ਗੱਲ ਨਹੀਂ ਕਰਦਾ ਅਸੀਂ ਬੈਠੇ ਹਾਂ ਸਾਨੂੰ 7 ਮਹੀਨੇ ਹੋ ਗਏ ਅਸੀਂ SDM ਕੋਲ ਵੀ ਵਗ ਗਏ DO ਕੋਲ ਵੀ ਵਗ ਗਏ ਸਾਰੀਆਂ ਅਥਾਰਟੀਆਂ ਕੋਲ ਵਗ ਗਏ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਹਿੰਦੇ ਕੋਈ ਸੁਣਵਾਈ ਨਹੀਂ ਹੋ ਰਹੀ ਫੀਸਾਂ ਦਾ ਜਿਹੜਾ ਮਸਲਾ ਹੈਗਾ ਉਹ ਲਗਾਤਾਰ ਭਖਦਾ ਜਾ ਰਿਹਾ ਹੈਗਾ ਲੋਕਡਾਊਨ ਦੇ ਵਿੱਚ ਜਿਹੜੀ ਬੱਚਿਆਂ ਦੀ ਪੜ੍ਹਾਈ ਤਾਂ ਪੜ੍ਹਾਈ ਬੰਦ ਰਹੀ ਆ ਔਨਲਾਈਨ ਕਲਾਸਾਂ ਵੀ ਨਹੀਂ ਲੱਗੀਆਂ ਉਹਦੀ ਜਿਹੜੀ ਫੀਸ ਆ ਸਕੂਲ ਪ੍ਰਬੰਧਕਾਂ ਵੱਲੋਂ ਮੰਗੀ ਜਾ ਰਹੀ ਆ ਇਹਨਾਂ ਦਾ ਕਹਿਣਾ ਕਿ SDM ਤੱਕ ਵੀ ਅਸੀਂ ਪਹੁੰਚ ਕੀਤੀ ਸੀ ਪਰ SDM ਸਾਹਿਬ ਵੱਲੋਂ ਵੀ ਕੋਈ ਇਹਨਾਂ 'ਤੇ ਜਿਹੜੀ ਬਣਦੀ ਸਖਤ ਕਾਰਵਾਈ ਨਹੀਂ ਕੀਤੀ ਗਈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸਰ ਕੀ ਕਹਿਣਾ ਸਰ ਤੁਹਾਡਾ ਜੀ ਸਰ ਸਾਡਾ ਇਹ ਹੈ ਵੀ LKG ਅਤੇ UKG ਦੇ ਜਿਹੜੇ ਬੱਚੇ ਨੇ ਉਹਨਾਂ ਨੇ ਸਕੂਲ ਦੀ ਸ਼ਕਲ ਹੀ ਨਹੀਂ ਦੇਖੀ ਉਹਨਾਂ ਦੇ ਮਲਗਾ ਮੀਟਰ ਫੰਡ ਸਮਾਰਟ ਕਲਾਸ ਫੀਸ ਕੰਪਿਊਟਰ ਫੀਸ ਟਿਊਸ਼ਨ ਫੀਸ ਉਹਨਾਂ ਨੇ ਨਾ ਤਾਂ ਸਕੂਲ ਦੀ ਬਿਲਡਿੰਗ ਯੂਜ਼ ਕੀਤੀ ਹੈ ਤੁਸੀਂ ਸਾਨੂੰ ਪ੍ਰਸ਼ਾਸਨ ਨੇ ਦੱਸਦੇ ਵੀ ਕੀ LKG UKG ਦੇ ਬੱਚੇ ਇਹ ਔਨਲਾਈਨ ਕਲਾਸ ਲਾਉਣ 'ਚ ਸਕਸ਼ਮ ਹੈਗੇ ਨੇ ਫਸਟ ਸੈਕਿੰਡ ਦੇ ਬੱਚੇ ਨੇ ਕੀ ਸਕਸ਼ਮ ਹੈਗੇ ਨੇ ਜਿਹੜੇ ਬੱਚਿਆਂ ਨੂੰ ਐਂ ਨਹੀਂ ਪਤਾ ਬੱਸ ਨੂੰ ਕਿਵੇਂ ਕਰਨਾ ਹੁੰਦਾ ਉਹਨਾਂ ਕਹਿ ਰਹੇ ਨੇ ਅਸੀਂ ਸਮਾਰਟ ਕਲਾਸ ਲਵਾ ਰਹੇ ਹਾਂ ਹਾਊ ਕੈਨ ਪੋਸੀਬਲ RT ਐਕਟ ਦੇ ਤਹਿਤ ਸਰਕਾਰ ਦੇ ਸਿੱਧੇ ਕਾਨੂੰਨ ਨੇ 8ਵੀਂ ਤੱਕ ਦੇ ਕਿਸੇ ਬੱਚੇ ਨੂੰ ਕਿਸੇ ਵੀ ਕਾਰਨ ਸਕੂਲ 'ਚੋਂ ਨਹੀਂ ਕੱਢਿਆ ਜਾ ਸਕਦਾ ਜੋ ਕਿ ਇਹ ਕਰ ਰਹੇ ਨੇ ਸਕੂਲ 'ਚੋਂ ਪੜ੍ਹਾਈ ਬੰਦ ਨਹੀਂ ਕਰ ਸਕਦੇ ਜਦੋਂ ਸਾਡੀ DO ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਸਾਨੂੰ ਕਲੀਅਰ ਦੱਸਿਆ ਕਿ ਸਕੂਲ ਪ੍ਰਸ਼ਾਸਨ ਤੁਹਾਡੀ ਪੜ੍ਹਾਈ ਨਹੀਂ ਬੰਦ ਕਰ ਸਕਦਾ ਫਿਰ ਵੀ ਇਹਨਾਂ ਨੇ 14 ਤਰੀਕ ਤੋਂ ਸਕੂਲ ਸਾਡੇ ਬੱਚਿਆਂ ਦੀ ਪੜ੍ਹਾਈ ਔਨਲਾਈਨ ਬੰਦ ਕਰ ਦਿੱਤੀ ਜਦਕਿ ਜਿਹੜੀ ਫੀਸ ਦਾ ਜੇ ਕੋਈ ਕਾਨੂੰਨ ਆਇਆ ਹੋਇਆ 5 ਅਗਸਤ ਤੱਕ ਸਾਨੂੰ ਫੀਸ ਭਰਨ ਲਈ ਹੈ ਉਦੋਂ ਪਹਿਲਾਂ ਉਹ ਵੀ ਕਾਨੂੰਨ ਦੀ ਉਲੰਘਣਾ ਕੀਤੀ ਗਈ 5 ਅਗਸਤ ਤੱਕ ਦੀ ਇਸ ਲਈ ਸਾਡੀ ਬੇਨਤੀ ਹੈ ਕਿ LKG ਤੋਂ ਲੈ ਕੇ 3rd ਤੱਕ ਦੀ ਫੀਸਾਂ 'ਚ ਜ਼ਿਆਦਾ ਕੰਸੈਸ਼ਨ ਕਰਾਇਆ ਜਾਵੇ ਬਾਕੀਆਂ 'ਚ ਜੋ ਮੁਨਾਸਿਬ ਹੈ ਉਹ 'ਚ ਕੰਸੈਸ਼ਨ ਸਾਨੂੰ ਹੋਰ ਕਰਾਇਆ ਜਾਵੇ LKG ਦੀਆਂ ਜਿਹੜੀਆਂ ਕਲਾਸਾਂ ਗੀਆਂ ਉਹ ਕਹਿੰਦੇ ਬੱਚੇ ਲਾਉਣ ਦੇ ਯੋਗ ਹੀ ਨਹੀਂ ਹੁੰਦੇ ਪਰੰਤੂ ਫਿਰ ਵੀ ਪ੍ਰਬੰਧਕਾਂ ਵੱਲੋਂ ਜਿਹੜਾ ਹੈਗਾ ਗਾ ਔਨਲਾਈਨ ਕਲਾਸਾਂ ਦੇ ਨਾਂ 'ਤੇ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ ਔਰ ਹੈਰਾਨੀ ਦੀ ਗੱਲ ਦੇਖੋ ਵੀ ਕਹਿੰਦੇ ਸਕੂਲ ਦਾ ਕੋਈ ਵੀ ਜਿਹੜਾ ਪ੍ਰਬੰਧਕ ਆ ਉਹ ਪੇਰੈਂਟਸ ਨੂੰ ਮਿਲਣ ਨੂੰ ਤਿਆਰ ਹੀ ਨਹੀਂ ਹੋਇਆ DO ਤੱਕ ਵੀ ਇਹਨਾਂ ਨੇ ਪਹੁੰਚ ਕੀਤੀ ਹੈ DO ਬਠਿੰਡਾ ਤੱਕ SDM ਸਾਹਿਬ ਤੱਕ ਵੀ ਪਹੁੰਚ ਕੀਤੀ ਆ ਪਰ ਜਿਹੜਾ ਮਸਲਾ ਹੈਗਾ ਜਿਉਂ ਦਾ ਤਿਉਂ ਬਣਿਆ ਵਾ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਰ ਜੀ ਤੁਹਾਡੇ ਵੱਲੋਂ ਅੱਜ ਸਟ੍ਰਾਈਕ ਕੀਤੀ ਗਈ ਆ ਧਰਨਾ ਦਿੱਤਾ ਗਿਆ ਸੈਂਟ ਜੇਵੀਅਰ ਸਕੂਲ ਜਿਹੜਾ ਕਿ ਮੰਨਿਆ ਪਰਮੰਨਿਆ ਸਕੂਲ ਰਾਮਪੁਰਾ ਫੂਲ ਦਾ ਕੀ ਕਹਿਣਾ ਤੁਹਾਡਾ ਕਹਿਣਾ ਤਾਂ ਇਹੀ ਹੈ ਜੀ ਮੇਨ ਗੱਲ ਤਾਂ ਇਹ ਹੈ ਨਾਲੇ ਤਾਂ ਬੱਚੇ ਪਰੇਸ਼ਾਨ ਹੋ ਰਹੇ ਆ ਜੀ ਨਾਲੇ ਅਸੀਂ ਪਹਿਲਾਂ ਤਾਂ ਸਾਡਾ ਕੰਮ ਪਹਿਲਾਂ ਹੀ ਡਿਸਟਰਬ ਹੋਇਆ ਪਿਆ ਰਹਿੰਦਾ ਖੁੰਦਾ ਹੁਣ ਸਕੂਲ ਪ੍ਰਸ਼ਾਸਨ ਨੇ ਸਾਨੂੰ ਇੰਨਾ ਕੁ ਡਿਸਟਰਬ ਕਰ ਰੱਖਿਆ ਘਰੋਂ ਸਾਨੂੰ ਅਲੱਗ ਪ੍ਰੈਸ਼ਰ ਪੈ ਰਿਹਾ
ਬੱਚਿਆਂ ਦਾ ਅਲੱਗ ਪ੍ਰੈਸ਼ਰ ਪੈ ਰਿਹਾ, ਉੱਪਰੋਂ ਸਕੂਲ ਪ੍ਰੈਸ਼ਰ ਪਾਈ ਜਾਂਦਾ, ਫੀਸਾਂ ਭਰੋ 100% ਫੀਸਾਂ ਭਰੋ, ਇਹ ਕਿਵੇਂ ਪੋਸੀਬਲ ਹੋ ਸਕਦਾ? ਇਹ ਪੋਸੀਬਲ ਹੀ ਨਹੀਂ ਹੈਗਾ। ਜੋ ਇਹਨਾਂ ਦੇ ਬਣਦੀ ਹੈ ਇਹਨਾਂ ਦੀ ਕਾਰਵਾਈ ਆਪਦਾ ਦੇਖ ਕੇ, ਇਹ ਵੀ ਇੰਨੀ ਫੀਸ ਬਣਦੀ ਹੈਗੀ, ਉਸ ਹਿਸਾਬ ਨਾਲ ਸਾਥੋਂ ਫੀਸ ਲੈ ਲੈਣ, ਅਸੀਂ ਫੀਸ ਭਰਨ ਨੂੰ ਤਿਆਰ ਹਾਂ। ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਇਹਨਾਂ ਨੇ ਕੋਈ ਬਿਲਡਿੰਗ ਯੂਜ ਨਹੀਂ ਕੀਤੀ, ਕੋਈ ਪੱਖੇ ਯੂਜ ਨਹੀਂ ਕੀਤੇ, ਕੋਈ ਵਾਟਰ ਕੂਲਰ ਯੂਜ ਨਹੀਂ ਕੀਤਾ, ਉਹ ਸਾਰੇ ਅਸੀਂ ਕਿਵੇਂ ਦੇ ਦਈਏ? ਕੰਪਿਊਟਰ ਫੀਸ ਹੋ ਗਈ, ਸਮਾਰਟ ਕਲਾਸਿਸ ਹੋ ਗਈ, ਸਮਾਰਟ ਕਲਾਸਿਸ ਲਾਈ ਨਹੀਂ ਬੱਚੇ ਨੇ ਤਾਂ ਦੇਵਾਂਗੇ ਕਿਵੇਂ ਅਸੀਂ? ਆਪਣਾ ਜਿਹੜਾ ਹਾਈਕੋਰਟ ਦੇ ਆਦੇਸ਼ ਅਨੁਸਾਰ ਜੋ ਇਹਨਾਂ ਦੀ ਬਣਦਾ ਗਾ ਉਹ ਆਪਦਾ ਲੈ ਲੈਣ, ਜਿੰਨੀ ਫੀਸ ਬਣਦੀ ਹੈਗੀ। ਐਕਸਟਰਾ ਅਸੀਂ ਪੈਸੇ ਨਹੀਂ ਦੇਵਾਂਗੇ, ਅਸੀਂ ਆਪਦਾ ਧਰਨਾ ਰੈਗੂਲਰ ਜਾਰੀ ਰੱਖਾਂਗੇ। ਇਹ ਕਹਿੰਦੇ ਜਿਹੜੀ ਐਕਸਟਰਾ ਫੀਸ ਆ ਜੀ ਉਹ ਅਸੀਂ ਕਦੇ ਵੀ ਨਹੀਂ ਦੇਵਾਂਗੇ, ਜਿਹੜੇ ਸਕੂਲ ਪ੍ਰਬੰਧਕਾਂ ਦੇ ਕੋਈ ਜੈਨੂਨ ਫੀਸ ਹੈਗੀ ਉਹ ਅਸੀਂ ਦੇਣ ਨੂੰ ਤਿਆਰ ਹਾਂ, ਪਰ ਪ੍ਰਬੰਧਕਾਂ ਵੱਲੋਂ ਕਿਸੇ ਵੀ ਗੱਲ ਦੇ ਉੱਪਰ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਇੱਕ ਜਿਹੜੀਆਂ ਕਿਤਾਬਾਂ ਦੀ ਗੱਲ ਕਰੀਏ ਆਪਾਂ, ਕਿਤਾਬਾਂ ਜਿਹੜੀਆਂ ਗੌਰਮੈਂਟ ਕਹਿੰਦੀ ਆ ਵੀ NCERT ਦੀਆਂ ਕਿਤਾਬਾਂ ਹੀ ਸਕੂਲਾਂ ਦੇ ਵਿੱਚ ਲਾਈਆਂ ਜਾਣ, ਪਰ ਸਕੂਲ ਪ੍ਰਬੰਧਕਾਂ ਵੱਲੋਂ ਪਤਾ ਲੱਗਿਆ ਵੀ ਜਿਹੜੀਆਂ NCERT ਦੀਆਂ ਕਿਤਾਬਾਂ ਨੂੰ ਬਹੁਤ ਘੱਟ ਯੂਜ ਕੀਤਾ ਜਾਂਦਾ, ਪ੍ਰਾਈਵੇਟ ਜਿਹੜੀਆਂ ਬੁੱਕਸ ਹੈਗੀਆਂ ਉਹਨਾਂ ਨੂੰ ਜ਼ਿਆਦਾ ਯੂਜ ਕੀਤਾ ਜਾਂਦਾ, ਜਿਨ੍ਹਾਂ ਦੀ ਕੀਮਤ ਕਾਫੀ ਜ਼ਿਆਦਾ ਆ। ਕਿਤਾਬਾਂ ਨੂੰ ਲੈ ਕੇ ਵੀ ਜਿਹੜਾ ਹੈਗਾ ਗਾ ਪੇਰੈਂਟਸ ਦੇ ਵਿੱਚ ਰੋਸ ਪ੍ਰਦਰਸ਼ਨ, ਕੀ ਕਹਿਣਾ ਸਰ ਤੁਹਾਡਾ? ਸਰ ਅਸੀਂ ਸਾਡਾ ਇੱਕੋ ਹੀ ਹੋਇਆ, ਦੂਜਾ ਮੁੱਦਾ ਸਾਡਾ ਵੀ ਬਾਣਯੋਗ CBSE ਬੋਰਡ ਵੱਲੋਂ ਇੱਕ ਹਦਾਇਤ ਜਾਰੀ ਕੀਤੀ ਗਈ ਸੀ ਕਿ ਸਰ CBSE ਬੋਰਡ ਦੇ ਅਧੀਨ ਜਿੰਨੇ ਵੀ ਸਕੂਲ ਹੁੰਦੇ ਨੇ, 50 ਸਕੂਲ ਐਜੂਕੇਸ਼ਨ ਬੋਰਡ ਦੇ 50 ਸਕੂਲ ਦੀਆਂ ਬੁੱਕਸ ਲੱਗਣਗੀਆਂ, CBSE ਬੋਰਡ ਦੇ ਅਧੀਨ NCERT ਦੀਆਂ ਬੁੱਕਸ ਹੀ ਲੱਗ ਸਕਦੀਆਂ ਨੇ, ਜਿਹੜੀਆਂ ਕਿ ਸੈਂਟ ਜੇ ਸਕੂਲ ਆਦਿ ਕਿਸੇ ਹਰੇਕ ਸਕੂਲ ਦੇ ਵਿੱਚ ਇਹੀ ਮੁੱਦਾ ਹੈ ਕਿ ਇਹ ਪ੍ਰਾਈਵੇਟ ਪਬਲਿਸ਼ਰਾਂ ਦੀ ਬੁੱਕਸ ਲਗਾ ਰਹੇ ਨੇ, NCERT ਦੀਆਂ ਬੁੱਕਸ ਲਗਾ ਸਕਦੇ ਨੇ ਜਿਹੜੀਆਂ ਕਿ 1000 ਤੋਂ 1200 ਦੇ ਕਰੀਬ ਦੇ ਆਉਂਦੀਆਂ ਨੇ, ਅਤੇ ਸਾਨੂੰ ਇਹ ਇਹਨਾਂ ਤੋਂ ਪ੍ਰਾਈਵੇਟ ਪਬਲਿਸ਼ਰਾਂ ਦੇ ਲੈਣ ਕਾਰਨ ਸਾਨੂੰ 4500 ਰੁਪਏ ਦੇ ਕਰੀਬ ਦੀਆਂ ਮਿਲਦੀਆਂ ਨੇ। ਦੂਜਾ ਮੁੱਦਾ ਹੈ ਕਿ ਸਾਨੂੰ ਇਹ ਹਰ ਸਾਲ ਇਹ ਦੁਕਾਨ ਨਵੇਂ ਐਡਰੈਸ 'ਤੇ ਖੁੱਲ੍ਹਦੀ ਹੈ, ਸਾਨੂੰ ਉੱਥੋਂ ਹੀ ਮਿਲਦੀ ਹੈ, ਅਤੇ ਇੱਕ ਮਹੀਨੇ ਬਾਅਦ ਚੱਕੀ ਜਾਂਦੀ ਹੈ ਦੁਕਾਨ। ਆਮ ਜਿਹੜੀਆਂ ਰੂਟੀਨ ਦੀਆਂ ਦੁਕਾਨਾਂ ਮੰਡੀ 'ਚ ਹੈਗੀਆਂ ਨੇ ਉੱਥੋਂ ਸਾਨੂੰ ਕਿਤੋਂ ਵੀ ਇਹ ਕਿਤਾਬ ਨਹੀਂ ਮਿਲਦੀ। ਇਸ ਵਾਰ ਇਹ ਮੁਸਕਾਨ ਫਰਨੀਚਰ ਦੀ ਬੈਕ ਸਾਈਡ 'ਤੇ ਦੁਕਾਨ ਖੁੱਲ੍ਹੀ ਸੀ, ਹੁਣ ਵੀ ਜਾ ਕੇ ਪ੍ਰਸ਼ਾਸਨ ਚੈੱਕ ਕਰ ਸਕਦਾ ਵੀ ਉਹ ਦੁਕਾਨ ਹੈ ਹੀ ਨਹੀਂ, ਜਿਹੜੀ ਕਿ ਦੁਕਾਨ ਬਠਿੰਡਿਓਂ ਜਾਂ ਕਿਸੇ ਹੋਰ ਐਡਰੈਸ ਤੋਂ ਖੁੱਲ੍ਹਦੀ ਹੈ, ਮਹੀਨੇ ਲਈ ਖੁੱਲ੍ਹਦੀ ਹੈ, ਕਿਤਾਬਾਂ ਵਿਕਦੀਆਂ ਨੇ। ਜੇ ਅਸੀਂ ਕਹਿੰਦੇ ਸੀ ਆਹ ਬੁੱਕਸ ਨਹੀਂ ਲੈਣੀਆਂ, ਕਾਪੀਆਂ ਕਿਤਾਬਾਂ ਪੈੱਨ ਡੈਰੀ ਛੱਲਾ ਤੱਕ ਸਭ ਕੁਝ ਆਪਦੇ ਕੋਲੋਂ ਦਿੰਦੇ ਨੇ, ਜਿਹੜਾ ਕਿ ਗੌਰਮੈਂਟ ਦੇ ਹਦਾਇਤਾਂ ਮੁਤਾਬਕ ਬਿਲਕੁਲ ਹੀ ਅਨਲੀਗਲ ਹੈ। ਅਸੀਂ ਕਈ ਵਾਰੀ ਪ੍ਰਸ਼ਾਸਨ ਤੱਕ ਵੀ ਅਪਰੋਚ ਕੀਤੀ, ਬਟ ਉੱਥੇ ਦੀ ਉੱਥੇ ਗੱਲ ਰਹਿ ਜਾਂਦੀ ਹੈ ਕਿਉਂਕਿ ਸਾਡੇ ਪੇਰੈਂਟਸ ਵੀ ਕਿਸੇ ਨਾ ਕਿਤੇ ਮਜਬੂਰ ਹੋ ਕੇ ਲੈ ਰਹੇ ਨੇ। ਧੰਨਵਾਦ। ਦੇਖੋ ਕਿੱਡੀ ਹੈਰਾਨੀ ਦੀ ਗੱਲ ਆ, ਕਹਿੰਦੇ ਵੀ ਜਿਹੜੀਆਂ ਹੈਗੀਆਂ ਦੁਕਾਨ ਆ ਗਈ, ਹਰ ਸਾਲ ਇੱਕ ਨਵੀਂ ਦੁਕਾਨ ਸਕੂਲ ਪ੍ਰਬੰਧਕਾਂ ਵੱਲੋਂ ਕਿਤੇ ਨਾ ਕਿਤੇ ਖੋਲ੍ਹੀ ਜਾਂਦੀ ਆ, ਉੱਥੋਂ ਬੁੱਕਸ ਲੈਣ ਲਈ ਪੇਰੈਂਟਸ ਨੂੰ ਮਜਬੂਰ ਕੀਤਾ ਜਾਂਦਾ, ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਜਿਹੜਾ ਹੈਗਾ ਇਹ ਮਸਲਾ ਲਿਆਂਦਾ ਗਿਆ, ਪਰ ਜਿਹੜੀ ਸਥਿਤੀ ਆ ਉਹ ਜਿਉਂ ਦੀ ਤਿਉਂ ਬਣੀ ਵੀ ਆ। ਸਰ ਜੀ ਤੁਹਾਡੇ ਵੱਲੋਂ ਜਿਹੜਾ ਹੈਗਾ ਧਰਨਾ ਲਾਇਆ ਗਿਆ ਅੱਜ ਇੱਥੇ, ਫੀਸਾਂ ਦਾ ਮਸਲਾ ਵੀ ਆ, ਬੁੱਕਸ ਦਾ ਜਿਹੜੀਆਂ ਹੈਗੀਆਂ ਬੁੱਕਸ ਵੀ ਕਹਿੰਦੇ ਬੜੀ ਮਹਿੰਗੀ ਕੀਮਤ 'ਤੇ ਸਕੂਲ ਪ੍ਰਬੰਧਕਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ, ਉਹ ਵੀ ਕਹਿੰਦੇ ਹਰ ਇੱਕ ਜਿਹੜੀ ਨਵੀਂ ਦੁਕਾਨ ਹਰ ਸਾਲ ਇੱਕ ਨਵੀਂ ਦੁਕਾਨ ਵੇਖਣ ਨੂੰ ਮਿਲਦੀ ਆ ਸਕੂਲ ਪ੍ਰਬੰਧਕ, ਕੀ ਕਹਿਣਾ? ਦੇਖੋ ਜੀ ਜਿਹੜਾ ਧਰਨਾ ਹੈਗਾ ਮੇਨ, ਇਹ ਧਰਨਾ ਹੈਗਾ ਕਿ ਜਦੋਂ ਲੋਕਡਾਊਨ ਸ਼ੁਰੂ ਹੋਇਆ ਸੀਗਾ ਅਤੇ ਕਲਾਸਾਂ ਸਕੂਲ ਕੰਡਕਟ ਹੀ ਨਹੀਂ ਕਰ ਪਾਇਆ, ਤਾਂ ਪੇਰੈਂਟਸ ਦੀ ਇੱਕੋ ਹੀ ਮੰਗ ਸੀ ਕਿ ਜਿਹੜੇ ਸਮੇਂ 'ਚ ਕਾਲਜ ਸਕੂਲ ਇਹ ਕਲਾਸਾਂ ਪ੍ਰੋਵਾਈਡ ਨਹੀਂ ਕਰ ਪਾਇਆ ਔਨਲਾਈਨ ਜਾਂ ਆਫਲਾਈਨ, ਤਾਂ ਉਹ ਸਾਨੂੰ ਫੀਸ ਤੋਂ ਰਾਹਤ ਦਿੱਤੀ ਜਾਵੇ, ਜੋ ਕਿ ਮਾਨਯੋਗ ਆਪਣੇ ਸਰਕਾਰ ਦਾ ਫੈਸਲਾ ਸੀ ਉਸ ਨੂੰ ਮੰਨਿਆ ਜਾਵੇ। ਉਹਦਾ ਹਜੇ ਤੱਕ ਸਕੂਲ ਅਥਾਰਟੀ ਨੇ ਕੋਈ ਕਲੀਅਰ ਕੱਟ ਜਵਾਬ ਨਹੀਂ ਦਿੱਤਾ, ਜੋ ਜਿਹੜੀ ਮੇਨ ਮੰਗ ਹੈਗੀ ਆ। ਦੂਸਰੀ ਮੰਗ ਹੈ ਕਿ ਇੱਥੇ ਪੇਰੈਂਟਸ ਨੂੰ ਟੀਚਰਾਂ ਦੇ ਥਰੂ ਕਾਲ ਕਰਵਾਈ ਜਾਂਦੀ ਆ, ਉਹਨਾਂ ਨੂੰ ਫੋਰਸ ਕੀਤਾ ਜਾਂਦਾ, ਅਤੇ ਜਦੋਂ ਪੇਰੈਂਟਸ ਆ ਕੇ ਫਾਦਰ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਨੂੰ ਕੰਨ ਕਤਰਾਏ ਜਾਂਦੇ ਆ, ਉਹਨਾਂ ਨੂੰ ਮਿਲਿਆ ਨਹੀਂ ਜਾਂਦਾ, ਸੋ ਕਦੇ ਵੀ ਉਹ ਕਲੀਅਰ ਕੱਟ ਬੈਠ ਕੇ ਗੱਲ ਕਰਨ ਨੂੰ ਐਗਰੀ ਨਹੀਂ ਹੁੰਦੇ। ਇਹ ਮੇਨ ਦੋ ਮੁੱਦੇ ਹੈਗੇ ਨੇ। ਬਾਕੀ ਜਿਹੜੀਆਂ ਹੋਰ ਜਿਵੇਂ ਅੱਜ ਹੁਣ ਇਸ ਨਵੇਂ ਸੈਸ਼ਨ ਦੇ ਵਿੱਚ ਆਇਆ ਕਿ ਇਹਨਾਂ ਨੇ ਨਵੀਆਂ ਫੀਸਾਂ ਹੋਰ 8% ਇਨਕਰੀਜ਼ ਕਰਤੀਆਂ ਅਤੇ ਹੋਰ ਕੁਛ ਖਰਚੇ ਵੀ ਐਡ ਕਰਤੇ ਆ, ਉਹ ਇੱਕ ਵੱਖਰਾ ਮੁੱਦਾ ਹੈਗਾ। ਪਰ ਹੈਗਾ ਕਿ ਨਾ ਤਾਂ ਇਹ 'ਚ ਸਰਕਾਰ ਹਜੇ ਕੋਈ ਇਨਵੋਲਵਮੈਂਟ ਦੇ ਰਹੀ ਆ ਅਤੇ ਨਾ ਸਕੂਲ ਪ੍ਰਸ਼ਾਸਨ ਕਲੀਅਰ ਕਰ ਰਿਹਾ, ਅਤੇ ਬੱਚਿਆਂ ਦੀ ਪੜ੍ਹਾਈ ਹੈਂਪਰ ਹੋ ਰਹੀ ਆ। ਅਤੇ ਹੁਣ ਇਹਨਾਂ ਨੇ ਨਵਾਂ ਇੱਕ ਕੰਮ ਕੀਤਾ ਕਿ ਜਿਹੜੇ ਬੱਚਿਆਂ ਦੀ ਫੀਸ ਨਹੀਂ ਆਈ ਉਹਨਾਂ ਨੂੰ ਇਹਨਾਂ ਨੇ ਔਨਲਾਈਨ ਕਲਾਸਾਂ ਵਿੱਚੋਂ ਹਟਾ ਦਿੱਤਾ ਗਿਆ, ਜਿਹਦੇ ਨਾਲ ਬੱਚੇ ਅਤੇ ਪੇਰੈਂਟਸ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ, ਅਤੇ ਇਹ 14 ਤਰੀਕ ਤੋਂ ਇੱਦਾਂ ਹੀ ਕਰ ਰਹੇ ਆ, ਅਤੇ ਫਾਦਰ ਸਾਹਿਬ ਕਿਸੇ ਵੀ ਪੇਰੈਂਟਸ ਨੂੰ ਮਿਲਣ ਲਈ ਤਿਆਰ ਨਹੀਂ ਹੈਗੇ। ਕਹਿੰਦੇ ਵੀ ਜਿਹੜੇ ਬੱਚਿਆਂ ਦੀ ਫੀਸ ਕੁਛ ਪੇਰੈਂਟਸ ਵੱਲੋਂ ਨਹੀਂ ਭਰੀ ਗਈ,
ਜਾਂ ਲੋਕਡਾਊਨ ਦੇ ਕਾਰਨ ਜਿਹੜੇ ਪੇਰੈਂਟਸ ਟੁੱਟ ਚੁੱਕੇ ਆ, ਤੁਸੀਂ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਕਾਰੋਬਾਰ ਆ ਉਹ ਬੜੀ ਵੱਡੀ ਪੱਧਰ 'ਤੇ ਪ੍ਰਭਾਵਿਤ ਹੋਏ ਆ। ਹਰ ਇੱਕ ਪੇਰੈਂਟਸ ਨੂੰ ਮਤ ਕਿਤੇ ਨਾ ਕਿਤੇ ਉਹ ਕਰੋਨਾ ਜਿਹੜੀ ਮਾਰ ਆ ਉਹ ਝੱਲਣੀ ਪੈ ਰਹੀ ਆ। 14 ਤਰੀਕ ਤੋਂ ਕਹਿੰਦੇ ਸਕੂਲ ਪ੍ਰਬੰਧਕਾਂ ਵੱਲੋਂ ਜਿਹੜੀਆਂ ਔਨਲਾਈਨ ਕਲਾਸਾਂ ਸੀਗੀਆਂ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਗਾ, ਜਿਸ ਕਾਰਨ ਜਿਹੜੇ ਪੇਰੈਂਟਸ ਆ ਜਾਂ ਬੱਚੇ ਆ ਉਹ ਮੈਂਟਲੀ ਡਿਪਰੈਸ਼ਨ ਦੇ ਵਿੱਚ ਵੀ ਉਹ ਹੈਗੇ ਹੈਗੇ। ਅਤੇ ਦੇਖਦੇ ਹਾਂ ਵੀ ਇਹ ਜਿਹੜਾ ਮਸਲਾ ਗਾ ਸਕੂਲ ਪ੍ਰਬੰਧਕਾਂ ਵੱਲੋਂ ਹੱਲ ਕੀਤਾ ਜਾਂਦਾ ਜਾਂ ਇਹ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਗਾ ਲਗਾਤਾਰ ਅੱਗੇ ਵੀ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਸਕੂਲ ਪ੍ਰਬੰਧਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਦਾ ਕੀ ਕਹਿਣਾ ਇਸ ਮਸਲੇ ਨੂੰ ਲੈ ਕੇ। ਅਸੀਂ ਸਕੂਲ ਦੇ ਵਿੱਚ ਜਿਹੜਾ ਹੈਗਾ ਗਾ ਐਂਟਰ ਕਰਨ ਦੀ ਕੋਸ਼ਿਸ਼ ਕਰਦੇ ਹਾਂਗੇ। ਤੁਸੀਂ ਦੇਖ ਸਕਦੇ ਹੋ ਜਿਹੜਾ ਗੇਟ ਆ, ਗੇਟ ਨੂੰ ਬਿਲਕੁਲ ਇਹਨਾਂ ਨੇ ਬੰਦ ਕੀਤਾ ਵਾ ਗਾ। ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੀ ਕਹਿਣਾ ਗਾ। ਸੈਂਟ ਜੇਵੀਅਰ ਸਕੂਲ ਦਾ ਜਿਹੜਾ ਮੇਨ ਗੇਟ ਆ ਉਸ 'ਤੇ ਅਸੀਂ ਇਸ ਟਾਈਮ ਖੜ੍ਹੇ ਹਾਂ। ਬਾਈ ਜੀ ਮਿਲਣਾ ਸੀਗਾ ਤੁਹਾਡੇ ਪ੍ਰਿੰਸੀਪਲ ਸਾਹਿਬ ਨੂੰ, ਕੀ ਜੀ ਫਾਦਰ ਸਾਹਿਬ ਨੂੰ ਮਿਲਣਾ ਸੀ ਸਰ? ਕੋਈ ਹੋਰ ਹੋਊਗਾ, ਕੋਈ ਵਾਈਸ ਪ੍ਰਿੰਸੀਪਲ, ਕੋਈ ਹੋਰ ਸਕੂਲ ਦਾ ਪ੍ਰਬੰਧਕ, ਕੋਈ ਤਾਂ ਹੋਊਗਾ ਸਕੂਲ 'ਚ। ਪਤਾ ਕਰੋ ਕਿਹਾ ਜੀ, ਪ੍ਰੈਸ ਵਾਲੇ ਮਿਲਣਾ ਚਾਹੁੰਦੇ ਤੁਹਾਨੂੰ। ਤੁਸੀਂ ਦੇਖ ਸਕਦੇ ਹੋ ਗੇਟ ਬੰਦ ਆ ਗਏ, ਕਹਿੰਦੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਆ ਉਹ ਹੈ ਹੀ ਨਹੀਂ ਗਾ ਸਕੂਲ ਦੇ ਵਿੱਚ। ਇਹ ਕਿਤੇ ਨਾ ਕਿਤੇ ਇੱਕ ਬਹਾਨੇਬਾਜ਼ੀ ਲੱਗਦੀ ਆ, ਬਹਾਨੇਬਾਜ਼ੀ ਦੀ ਜਿਹੜੀ ਕੋਸ਼ਿਸ਼ ਹੈਗੀ ਉਹ ਪ੍ਰਬੰਧਕਾਂ ਵੱਲੋਂ ਬਣਾਈ ਜਾ ਰਹੀ ਹੈਗੀ। ਗੇਟਮੈਨ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਕਹਿੰਦੇ ਜੀ ਵੀ ਅਸੀਂ ਜਿਹੜੇ ਪ੍ਰਿੰਸੀਪਲ ਆ ਫਾਦਰ ਆ ਜੋ ਵੀ ਇਹਨਾਂ ਦਾ ਸਕੂਲ ਦੇ ਜਿਹੜੇ ਇੰਚਾਰਜ ਆ ਕਹਿੰਦੇ ਉਹ ਸਕੂਲ ਦੇ ਵਿੱਚ ਮੌਜੂਦ ਨਹੀਂ ਹੈਗੇ, ਪਰ ਦੇਖਦੇ ਹਾਂ ਕੋਈ ਨੈਕਸਟ ਜੇਕਰ ਕੋਈ ਮਿਲਣ ਦੀ ਕੋਸ਼ਿਸ਼ ਕਰਨਗੇ ਕੋਈ ਨੈਕਸਟ ਜਿਹੜਾ ਹੈਗਾ। ਅਸੀਂ ਆਖਿਆ ਕੋਈ ਵਾਈਸ ਪ੍ਰਿੰਸੀਪਲ, ਕੋਈ ਸਕੂਲ ਦਾ ਕੋਈ ਹੋਰ ਪ੍ਰਬੰਧਕ, ਕਿਉਂਕਿ ਐਡਾ ਵੱਡਾ ਸਕੂਲ ਆ ਦੇਖੋ ਬਿਨਾਂ ਪ੍ਰਬੰਧਕ ਤੋਂ ਤਾਂ ਇਹ ਚੱਲ ਨਹੀਂ ਸਕਦਾ। ਇਹ ਤਾਂ ਹੈ ਨਹੀਂ ਵੀ ਸਕੂਲ ਦੇ ਵਿੱਚ ਕੋਈ ਪ੍ਰਬੰਧਕ ਹੀ ਨਾ ਹੋਊਗਾ, ਪਰ ਇੱਕ ਐਂ ਲੱਗਦਾ ਵੀ ਜਿਵੇਂ ਇਹ ਵਧੀਆ ਸਿੱਖਿਆ ਸਿਖਾਇਆ ਇਹਨਾਂ ਨੂੰ, ਬਹਾਨਾ ਵਿਚਾਰਿਆਂ ਨੂੰ ਦਿੱਤਾ ਵਾਗਾ ਵੀ ਐਂ ਕਹਿ ਦਿਉ ਵੀ ਹੈ ਨਹੀਂ ਜੀ ਸਕੂਲ ਦੇ ਵਿੱਚ ਤਾਂ ਕੋਈ। ਇਹ ਜਿਹੜਾ ਗੇਟ ਤੁਸੀਂ ਦੇਖ ਸਕਦੇ ਹੋ ਗੇਟ ਇਹਨਾਂ ਨੇ ਬਿਲਕੁਲ ਬੰਦ ਕੀਤਾ ਵਾ, ਪੇਰੈਂਟਸ ਗੇਟ 'ਤੇ ਉੱਪਰ ਧਰਨਾ ਲੱਗਿਆ ਵਾਗਾ ਪੇਰੈਂਟਸ ਦਾ। ਗੇਟ ਖੁਲਵਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ, ਜੇ ਇਹ ਕੋਈ ਜਵਾਬ ਦੇਣਗੇ ਇਸ ਗੱਲ ਨੂੰ ਲੈ ਕੇ। ਲੋਕ ਜਿਹੜਾ ਹੈਗਾ ਗੇਟ ਨੂੰ ਲਗਾ ਦਿੱਤਾ ਗਿਆ ਗਿਆ ਸਿਕਿਉਰਿਟੀ ਗਾਰਡ ਵੱਲੋਂ। ਇੱਥੋਂ ਸਾਫ ਸਿੱਧ ਹੋ ਰਿਹਾ ਹੈਗਾ ਵੀ ਜਿਹੜੇ ਕਿਸੇ ਨਾ ਕਿਸੇ ਪੱਧਰ 'ਤੇ ਜਿਹੜਾ ਦੇਖਿਆ ਜਾਵੇ ਤਾਂ ਜਿਹੜੇ ਪੇਰੈਂਟਸ ਆ ਉਹਨਾਂ ਦੀ ਜਿਹੜੀ ਗੱਲ ਨਾ ਸੁਣਨ ਦੀ ਆਪਾਂ ਇਹਨੂੰ ਕੋਸ਼ਿਸ਼ ਕਹਿ ਸਕਦੇ ਹਾਂ। ਸਕੂਲ ਪ੍ਰਬੰਧਕਾਂ ਵੱਲੋਂ ਪਹਿਲਾਂ ਵੀ ਇੱਥੇ ਕੋਈ ਪਹਿਲਾਂ ਇਹ ਧਰਨਾ ਹੀ ਲੱਗਿਆ, ਇਸ ਤੋਂ ਪਹਿਲਾਂ ਵੀ ਕਾਫੀ ਬਾਰੇ ਸਕੂਲ ਦੇ ਮੂਹਰੇ ਧਰਨੇ ਲੱਗ ਚੁੱਕੇ ਆ, ਪਰ ਇਹਨਾਂ ਵੱਲੋਂ ਜਿਹੜੀ ਹੈਗੀ ਆ ਕਿਸੇ ਵੀ ਨਾ ਤਾਂ ਇਹਨਾਂ ਵੱਲੋਂ ਪਹਿਲਾਂ ਵੀ ਪ੍ਰੈਸ ਨੂੰ ਮਿਲਣ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕੀਤੀ ਗਈ ਆ, ਅਤੇ ਨਾ ਅੱਜ ਇਹ ਅਸੀਂ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿਹੜਾ ਸਕੂਲ ਆ ਅਸੀਂ ਤੁਹਾਡੇ ਪ੍ਰਿੰਸੀਪਲ ਨੂੰ ਮਿਲਣਾ ਚਾਹੁੰਦੇ ਹਾਂ, ਪਰ ਇਹਨਾਂ ਨੇ ਜਿਹੜਾ ਗੇਟ ਖੋਲ੍ਹਣ ਦੀ ਬਜਾਏ ਗੇਟ ਨੂੰ ਜਿੰਦਰਾ ਲਾਤਾ। ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਹੈਗੇ ਇਹ ਸਕੂਲ ਵੱਲੋਂ ਕੀਤੇ ਗਏ ਹੈਗੇ। ਇਹਦਾ ਆਉਣ ਵਾਲੇ ਟਾਈਮ ਦੇ ਵਿੱਚ ਕੀ ਰਿਜ਼ਲਟ ਨਿਕਲੂਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਫਿਲਹਾਲ ਤੁਹਾਨੂੰ ਅਸੀਂ ਰਾਮਪੁਰਾ ਫੂਲ ਦੇ ਸੈਂਟ ਜੇਵੀਅਰ ਸਕੂਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਕੈਮਰਾਮੈਨ ਰਮਨਪ੍ਰੀਤ ਨਾਲ ਜਸਵੀਰ ਔਲਖ, NC7 ਨਿਊਜ਼।